نبی کریم صلی اللہ علیہ وسلم نے فرمان کو
ਸਾਜੀ ਤਸ਼ੀਫ ਫਰਮਾਵੇ, ਤੁਹਾਡੇ ਖਤੀਬ ਮਾਸ਼ਾਅੱਲਾ ਜਿਹੜਾ ਚਿਸ਼ਤੀ ਸਾਹਿਬ ਤਸ਼ੀਫ ਫਰਮਾਵੇ, ਇਹ ਮੈਨੂੰ ਬਿਹਤਰ ਜਾਣ ਦੇ ਅੱਲਾਹ ਇਹਨਾਂ ਦੀ ਖਿਦਮਤ ਕਰਨ ਦੀ ਤੋਫੀਕ ਅਤਾ ਫਰਮਾਏ। ਅਕੀਦਾ ਉਹ ਹੁੰਦਾ ਜਿਹੜਾ ਕੁਰਾਨ ਦੇ ਮੁਤਾਬਕ ਹੋਵੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦੇ ਮੁਤਾਬਕ। ਆ ਜਿਹੜਾ ਮਿਲਾ ਪਾਕ ਅਸੀਂ ਛੱਡੀਆਂ ਲਾਉਂਦੇ ਹਾਂ, ਛੰਡੇ ਗਾਉਂਦੇ ਹਾਂ, ਜਲੂਸ ਕੱਢਦੇ ਹਾਂ, ਨਾਰੇ ਮਾਰਦੇ ਹਾਂ, ਹਜ਼ੂਰ ਦੀ ਅਜ਼ਮਤ ਤੇ ਸ਼ਾਨ ਤੇ ਮਕਾਮ ਤੇ ਰਿਫਤ ਤੇ ਦਰਜਾਤ ਤੇ ਕਮਾਲਾਤ ਤੇ ਮੁਜਜ਼ਾਤ ਤੇ ਇਲਮ ਤੇ ਇਖਤਿਆਰਾਤ ਦਾ ਜ਼ਿਕਰ ਕਰਦੇ ਹਾਂ, ਹਜ਼ੂਰ ਦੀ ਬਲਾਗਤ ਬਿਆਨ ਕਰਦੇ ਹਾਂ, ਆਪਦਾ ਬਚਪਨਾ ਬਿਆਨ ਕਰਦੇ ਹਾਂ, ਇਹ ਕੋਈ ਅਕੀਦਾ ਕੁਰਾਨ ਤੋਂ ਬਾਹਰ ਨਹੀਂ, ਬਲਕਿ ਇਹ ਤੇ ਅੱਲਾਹ ਨੇ ਤਕੀਦੀ ਹੁਕਮ ਫਰਮਾਇਆ। ਅੱਲਾ ਚਾਹੁੰਦਾ ਤਕੀਲੀ ਹੁਕਮ ਹੈ,
خوشی کرن خوشی اے اللہ دا حکم ہے اے روزے روشن کی طرح میرے بزرگو دوستو عزیزو تہاڈے سامنے بات آ گئی کہ جدو اللہ دا فضل ہوئے اللہ دی رحمت ہوئے اُدو کی کرنا چاہیے تسی نہ بولو نہ بڑے نہ بولو کی کرنا چاہیے اچھا تسی اونچی بولو جے کوئی سر درد شروع ہو گئی یا بخار ہو گیا یا تسی ڈگ پئے تو دا ذمہ دار ہے جان نکل
ਮਸੀਤਿਆਂ ਵਿੱਚ ਚੁੱਪ ਨਾ ਕਰਿਆ ਕਰਦੇ, ਇਹ ਮਸਜਿਦ ਨਮਾਜ਼ਾਂ ਪੜ੍ਹਨ ਵਾਸਤੇ ਨੇ, ਅੱਲਾ ਦਾ ਜ਼ਿਕਰ ਕਰਨ ਵਾਸਤੇ ਨੇ, ਅੱਲਾ ਦੇ ਮਹਬੂਬ ਦਾ ਜ਼ਿਕਰ ਕਰਨ ਵਾਸਤੇ ਨੇ। ਫਿਰ ਤੇ ਉਹ ਜਗ੍ਹਾ ਹੋਵੇ ਨਮਾਜ਼ ਘਰ ਵੀ ਪੜ੍ਹ ਲੈ, ਜਦੋਂ ਮਸੀਤਿਆਂ ਬਣੇਗਾ ਫਿਰ ਉਸਦਾ ਹੀ ਨਮਾਜ਼ਾਂ ਦਾ ਸਵਾਬ ਮਿਲੇਗਾ। ਸਮਝ ਗਏ ਹੋ ਅੱਜ ਦੀ ਮਹਿਫਲ ਅੱਜ ਦੇ ਜਲਸੇ ਅੰਦਰ ਸ਼ਾਹ ਵੀ ਮੌਜੂਦ ਨੇ,
ਕਲੀਸਾ ਵੀ ਮੌਜੂਦ ਨੇ, ਰਾਜਸਥਾਨ ਵੀ ਮੌਜੂਦ ਨੇ, ਹਾਵਰ ਤੇ ਖਾਰੀ ਵੀ ਮੌਜੂਦ ਨੇ, ਮਗਰ ਬਜ਼ੁਰਗ ਤੇ ਬੱਚੇ ਵੀ ਮੌਜੂਦ ਨੇ, ਮਗਰ ਮੁਹੰਮਦ ਆਜ਼ਮ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਕੋਈ ਨਹੀਂ। ਐ ਦੇ ਵਮਾ ਸੱਲਾ ਦਾ ਇਲਾ ਰੱਬ ਫਰਮਾਨ ਦਾ ਮੈਨੂੰ ਲੱਖ ਤੇ ਕਈ ਹਜ਼ਾਰ ਨਬੀ ਤੇ ਰਸੂਲ ਬੜੀਆਂ ਸ਼ਾਨਾਂ ਵਾਲੇ, ਸ਼ਹੀਦਿਆਂ ਵਾਲੇ, ਕਿਤਾਬਾਂ ਵਾਲੇ, ਕੁਰਾਨ ਤੇ ਜ਼ਬੂਰ ਤੇ ਇੰਜੀਲ ਵਾਲੇ ਤੇ ਬੜੇ ਬੜੇ ਤਾਜੇ ਨਬੂਤ ਵਾਲੇ, ਤਾਜੇ ਰਸਾਲਤ ਵਾਲੇ, ਦਰਜਾਤ ਵਾਲੇ ਇੱਕ ਲੱਖ ਤੇ ਕਈ ਹਜ਼ਾਰ ਭੇਜੇ ਆਪਣੇ ਮਹਬੂਬ ਨੂੰ ਖਤਮੇ ਨਬੂਤ ਦਾ ਤਾਜਦਾਰ ਬਣਾ ਕੇ ਭੇਜਿਆ। ਇਹ ਤੋਂ ਬਾਅਦ ਨਬੀ ਕੋਈ ਨਹੀਂ ਆਉਣਾ। ਜਿਹੜਾ ਵੀ ਐਲਾਨ ਕਰੇਗਾ ਉਹ ਕਾਫਰ ਹੋਵੇਗਾ, ਉਹਦੇ ਮੰਨਣ ਵਾਲੇ ਵੀ ਕਾਫਰ ਹੋਣਗੇ। ਅਗਰ ਬੜੇ ਬੜੇ ਵਲੀ ਤੇ ਗੌਸ ਤੇ ਕੁਤਬ ਤੇ ਅਬਦਾਲ ਤੇ ਕੁਤਬੇ ਮਤਾਰ ਤੇ ਕੁਤਬੁਲ ਅਰਸ਼ਾਦ ਤੇ ਬੜੇ ਬੜੇ ਜਨੇ ਸੂਫੀ ਤੇ ਕਾਮਿਲ ਫਕੀਰ ਮੁਹੱਦਿਸ ਦੁਨੀਆ ਤੇ ਆਉਣਗੇ, ਕਮਾਲ ਸੱਲਾ ਦਾ ਇਲਾ ਅਗਰ ਦੁਨੀਆ ਵਾਲਿਓ ਸੱਲਾ ਮੇਰੀ ਪੂਰੀ ਖੁਦਾਈ ਚ ਇੱਕੋ ਹੀ ਮੇਰਾ ਮਹਬੂਬ ਹੈ ਜਿਹਨੂੰ ਮੈਂ ਰਹਿਮਤਾਂ ਦੇ ਲਾਲ ਅਮੀਨ ਬਣਾ ਕੇ ਦੇਖਿਆ। ਨਮਾਜ਼ ਨਾਲ ਸਾਡੀ ਆਖਰ ਨਮਾਜ਼ ਪੜ੍ਹੀ
ਉੱਥੇ ਖੁੱਲੋ ਕੇ ਪੜ੍ਹ ਕਰੀਏ ਨਮਾਜ਼ ਤਾਂ ਹੋ ਜਾਂਦੀ ਹੈ, ਕੋਈ ਉੱਥੇ ਪੜਦਾ, ਕੋਈ ਉੱਥੇ ਪੜਦਾ, ਕੋਈ ਉੱਥੇ ਪੜਦਾ, ਉੱਥੇ ਪੜਦਾ, ਤੇ ਰਾਤ ਪਤਾ ਕੀ ਹੈ, ਇਹ ਜ਼ਮੀਨ ਦੁਆਈ ਦੇ ਛੱਡਾ ਚੂਲੇ ਤੇਰੀ ਬਾਦਸ਼ਾਹੀ ਦਾ ਉੱਚੀ ਬੋਲੋ ਅਰਸ਼ਾਂ ਉੱਤੇ ਠੰਡਾ ਝੂਲੇ ਅਰਸ਼ਾਂ ਉੱਤੇ ਠੰਡਾ ਰਹਿਮਤ ਦਾ ਲਿਹਾਜ਼ ਇਹ
ਇਮਾਨਦਾਰ ਦੱਸੋ ਇਹ ਸ਼ਾਨ ਇਹਦੀ ਵੱਡੀ ਰਹਿਮਤ ਹੋਰ ਹੈ ਤੇ ਹੁਕਮ ਕੀ ਹੈ ਕੁਲ ਬਿਫਜ਼ਲਿਲਲਾਹਿ ਵਬਿਰਹਿਮਤਿਹਿ ਵਬਿਦਾਲਿਕਾ ਫਲਯਫਰਹੂ ਸੁਭਾਨ ਅੱਲਾਹ ਇਹ ਵਾ ਦੁਆ ਦੇ ਮੇਰੇ ਵਾਲੇ ਆ ਹਾਂ ਜਿੰਦੇ ਮੁਗਲਾ ਵਾਲੇ ਆ ਇਹਨਾਂ ਲੋਕਾਂ ਨੂੰ ਕਹਿ ਦੇ ਕਿ ਅੱਲਾਹ ਦਾ ਫਜ਼ਲ ਹੋਵੇ ਅੱਲਾਹ ਦੀ ਰਹਿਮਤ ਹੋਵੇ ਇਹ ਹੁਕਮ ਹੈ ਤਕੀ ਵੀ ਹੁਕਮ ਹੈ ਅੱਲਾਹ ਦਾ ਹੁਕਮ ਹੈ ਯਾ ਲਗੀ ਕਰ ਰਹੇ ਫਰਮਾਇਆ ਫਲਯਫਰਹੂ ਤੁਸੀਂ ਖੁਸ਼ੀਆਂ ਕਰਿਆ ਕਰੋ ਸੁਭਾਨ ਅੱਲਾਹ ਪੂਰੀ ਦੁਨੀਆ 'ਚ ਕੋਈ ਇਸ ਗੱਲ ਦੇ ਸਭ ਤੋਂ ਵੱਡਾ ਫਜ਼ਲ ਵੀ ਹਜ਼ੂਰ ਨੇ ਚਿਰਾਗਾ ਕਰਨੀ ਬੋਲੋ ਨਾ ਚਿਰਾਗਾ ਕਰਨੀ ਖੁਸ਼ੀ ਦੀ ਨਿਸ਼ਾਨੀ ਹੈ ਚੰਡੇ ਲਾਉਣੇ ਖੁਸ਼ੀ ਦੀ ਨਿਸ਼ਾਨੀ ਹੈ ਜਲੂਸ ਕੱਢਣੇ ਖੁਸ਼ੀ ਦੀ ਨਿਸ਼ਾਨੀ ਹੈ ਲੰਗਰ ਵੰਡਣੇ ਰਸੂਲ ਖੁਸ਼ੀ ਦੀ ਨਿਸ਼ਾਨੀ ਹੈ ਚਿਰਾਗਾ ਕਰਨੀ ਮਿਲਾਪ ਲਿਖੀਆਂ ਤੁਹਾਡੇ ਮਾਂ ਬਾਪ ਦੀ ਗੱਲ ਕਰਾਂ ਤਾਂ ਖੁਸ਼ ਕਰਦੀ
ਨਹੀਂ ਜੀ ਉਹਨਾਂ ਦੀ ਉਹ ਤੁਹਾਡੇ ਬਾਪ ਦੀ ਕਰੀਬ ਕਰੇ ਤੁਸੀਂ ਖੁਸ਼ ਹੋ ਕੇ ਨਹੀਂ ਕੋਈ ਤੁਹਾਡੇ ਮਾਂ ਬਾਪ ਦੀ ਤਰੀਫ ਕਰੇ ਖੁਸ਼ ਹੋਵੇ ਕਿ ਨਹੀਂ ਬਲਕਿ ਇਮਾਮ ਗਜ਼ਾਲੀ ਰਹਿਮਤੁਲਾਹ ਫਰਮਾਉਂਦੇ ਨੇ ਜਿੰਨਾਂ ਨੇ ਹੋਰ ਬਾਤ ਕਰਕੇ ਫਿਰ ਉੱਥੇ ਆ ਜਾਣਾ ਇਮਾਮ ਗਜ਼ਾਲੀ ਰਹਿਮਤੁਲਾਹ ਫਰਮਾਉਂਦੇ ਨੇ ਹਰ ਅਮਲ ਨੇਕ ਤਸੰਨੁ ਬਨਾਵਟ ਰਿਆਕਾਰੀ ਤੋਂ ਬਚ ਕੇ ਕਰਨਾ ਚਾਹੀਦਾ ਦੋ ਚੀਜ਼ਾਂ ਅਮਲ ਨੂੰ ਜ਼ਾਇਆ ਕਰ ਦਿੰਦੀਆਂ ਦੋ ਚੀਜ਼ਾਂ ਇੱਕ ਤਸੰਨੁ ਯਾਨੀ ਬਨਾਵਟ ਅਖਾੜਾ ਜ਼ਾਇਆ ਕਰ ਦਿੰਦਾ ਇੱਕ ਜਿਤਾਉਣਾ ਮੈਂ ਦੱਸਣ ਉਸ ਤੇ ਨਫ਼ਰ ਪੜਿਆ ਕਰੋ
ਸਾਡੇ ਨਾਲ ਦੇ ਬੰਦੇ ਨੇ ਜਿਹੜੇ ਖੂਹ ਦੇ ਵਿੱਚ ਇੱਟਾਂ ਨੂੰ ਮਿਲਦੇ ਨੇ, ਸਾਡੇ ਨਾਲ ਦੇ ਬੰਦੇ ਨੇ ਜਿਹੜੇ ਮਗਰ ਟੱਪੜਾ ਲੈ ਕੇ ਜਾਂਦੇ ਨੇ, ਸਾਡੇ ਨਾਲ ਦੇ ਬੰਦੇ ਨੇ ਜਿਹੜੇ ਪੈਲੀਆਂ ਖੇਤਾਂ ਚ ਮਜ਼ਦੂਰੀ ਕਰ ਰਹੇ ਬੀਜੀਆਂ ਬੰਦੇ ਪੈ, ਸਾਡੇ ਨਾਲ ਦੇ ਬੰਦੇ ਨੇ ਸਰ ਵਿਹੜੀ ਰੱਖ ਚਲੋਦੇ ਨੇ, ਗਈਆਂ ਚ ਫਿਰਦੇ ਨੇ, ਰਾਤ ਨੂੰ 300-500 ਬਚਾ ਲੈਂਦੇ ਨੇ। ਸ਼ੁਕਰ ਕਰਿਆ ਕਰੋ, ਵਿਹਲੇ ਰਹਿੰਦੇ ਆ, ਚੰਗਾ ਖਾਂਦੇ ਆ, ਚੰਗਾ ਪਾਉਂਦੇ ਆ, ਨਾਲੇ ਲੋਕਾਂ ਨੂੰ ਸੁਣਦੇ ਨੇ, ਨਾਲੇ ਲੋਕ ਨਾਲੇ ਪਾਉਂਦੇ, ਨਾਲੇ ਉਹਦੇ ਸ਼ਾਹੀ ਮਿਹਰਬਾਨੀ ਪਿਆਰੀ ਸਾਹਿਬ ਬਾਬਾ ਜੀ ਚੁਰੀ ਜੀ ਹਜ਼ਰਤ ਸਾਹਿਬ ਮਿਹਰਬਾਨੀ ਕੀਤੀ, ਸਾਨੂੰ ਟਾਈਮ ਦਿੱਤਾ। ਜਿਵੇਂ ਇੱਕ ਰੁਪਈਆ ਕਿਸੇ ਨੂੰ ਮਿਲੇ ਨਾ ਤੁਹਾਡੇ ਸਰਗੋਦਿਆਂ ਦੀ ਆਸਮਾਂ ਦੀ ਬੋਲੀ ਕਈ ਦਫ਼ਾ ਸਾਡੇ ਦੱਸਦੇ ਨੇ, ਉਹ ਆਉਂਦਾ ਬੁਲਾਓ ਵੀ ਸ਼ਾਲ ਵਸਦਾ ਰਵੇ ਤੇ ਆਵਾਜ਼ ਰਵੇ ਫਕੀਰ ਮਦਦ ਦੇ ਕਰੇ। ਮੈਨੂੰ ਮੌਲੀ ਅੱਗੇ ਨਾਲ ਸਾਨੂੰ ਆਪਣੋ ਕੇ ਕਾਰੀਓ ਤੇ ਖਤੀਬੋ ਦੀ ਅਗੀ ਕੋ ਦੇ ਨਾਲ ਸਾਨੂੰ ਤੇ ਵੀਰੋ ਸਰਗੀ ਉੱਠ ਕੇ ਨਫਰ ਪੜ ਕੇ ਮਦੀਨੇ ਵੱਲ ਮੁਕਰਿਆ ਕਰੋ ਤੇ ਕੰਮੀ ਬਣ ਕੇ ਬੋਲਿਆ ਕਰੋ, ਜਿਹਨੂੰ ਇੱਕ ਰੁਪਈਆ ਮਿਲਦਾ ਹੁੰਦਾ ਸ਼ਾਲ ਵਸਦਾ